ਪੰਜਾਬੀ ਇੰਡਸਟਰੀ ਹੋਣ ਵਾਲਾ ਘਾਟਾ ਹੋਇਆ ਜੀ। ਸੁਰਿੰਦਰ ਛਿੰਦਾ ਜੀ ਦਾ ਜਾਣਾ ਇੱਕ ਦੌਰ ਦਾ ਖਤਮ ਹੋਣ ਵਾਲੀ ਗੱਲ ਉਹਨਾਂ ਦੀ ਪਿੱਛੇ ਕਰਨਾ ਜਿਹੜੀ ਬਹੁਤ ਘੱਟ ਸੁਣਨ ਨੂੰ ਮਿਲੇਗੀ ਆਉਣ ਵਾਲੇ ਸਮੇਂ ਚ। ਬੜੇ ਵੱਡੇ ਵੱਡੇ ਉਸਤਾਦਾਂ ਦੇ ਝੰਡੇ ਹੋਏ ਸੀ, ਬੜੇ ਵੱਡੇ ਵੱਡੇ ਉਸਤਾਦਾਂ ਤੋਂ ਸਿੱਖੇ ਹੋਏ ਸੀ ਔਰ ਬੜੀ ਮਿਹਨਤ ਨਾਲ ਇਸ ਤਰ੍ਹਾਂ ਦੇ ਕਲਾਕਾਰ ਬਣਦੇ ਆ। ਇੱਕ ਗੱਲ ਹੋਰ ਹੈ ਕਿ ਕਲਾਕਾਰ ਤਾਂ ਅੱਛੇ ਸੀ, ਨਾਲ ਨਾਲ ਇਨਸਾਨ ਬੜੇ ਅੱਛੇ ਸੀ ਔਰ ਸਾਡੇ ਨਾਲ ਤਾਂ ਬਹੁਤ ਕਰੀਬੀ ਭਾਈਚਾਰਾ ਸੀ ਉਹਨਾਂ ਦਾ, ਬਹੁਤ ਅੱਛਾ ਰਿਸ਼ਤਾ ਸੀ ਸਾਡਾ, ਸਾਡੇ ਲਈ ਇੱਕ ਬਹੁਤ ਕਰੀਬੀ ਸਾਡਾ ਸੱਜਣ ਸਾਡਾ ਭਰਾ ਚਲਾ ਗਿਆ। ਸਿਆਣੇ ਕਹਿੰਦੇ ਕਿ ਇਸ ਤਰ੍ਹਾਂ ਦੇ ਦੋਸਤ ਬਾਂਹ ਹੁੰਦੇ ਬੰਦੇ ਦੇ, ਅੱਜ ਉਹ ਬਾਂਹ ਭੱਜ ਗਈ। ਗੁਗੂ ਜੀ ਇੱਕ ਬਾਂਹ ਤੁਸੀਂ ਦੱਸਿਆ, ਕਾਫੀ ਉਹਨਾਂ ਨੇ ਇੱਕ ਵਧੀਆ ਸੰਗੀਤ ਦਿੱਤਾ ਇੰਡਸਟਰੀ ਨੂੰ ਔਰ ਕਾਫੀ ਇੱਕ ਜਿਹੜੀ ਸੱਚੀ ਔਰ ਸਾਫ਼ ਸੁਥਰੀ ਗਾਇਕੀ ਦਿੱਤੀ, ਜਿੱਦਾਂ ਅੱਜ ਕੱਲ੍ਹ ਤਾਂ ਗਾਇਕੀ ਦੇ ਵਿੱਚ ਸੁਣਨ ਵਾਲੀ ਨਹੀਂ ਹੈ, ਉਹਨਾਂ ਦੀ ਗਾਇਕੀ ਇੱਕ ਬੜੀ ਹੀ ਸਾਫ਼ ਸੁਥਰੀ ਸਟੇਜਾਂ ਉੱਤੇ ਸੁਣੀ ਜਾਂਦੀ ਸੀ। ਪੁੱਤ ਜੱਟਾਂ ਦੇ ਹੋ ਗਏ ਜਾਂ ਕਈ ਐਸੇ ਗੀਤ ਅਸੀਂ ਯਾਰੀਆਂ ਕਮਾਈਆਂ ਜੀ ਜੀ, ਉਸ ਤਰ੍ਹਾਂ ਬਹੁਤ ਅੱਛੀ ਗਾਇਕੀ ਸੀ। ਬਹੁਤ ਮੈਂ ਦੱਸਿਆ ਨਾ ਕਿ ਜਿਸ ਲੈਵਲ ਤੇ ਉਹ ਗਾ ਲੈਂਦੇ ਸੀ ਉੱਥੋਂ ਤੱਕ ਪਹੁੰਚਣਾ ਬਹੁਤ ਮਿਹਨਤ ਨਾਲ ਬਣਦਾ ਬੰਦਾ ਔਰ ਖਾਸ ਤੌਰ ਤੇ ਮੇਰੇ ਲਈ ਤਾਂ ਉਹ ਮੇਰੀ ਆਵਾਜ਼ ਸਨ, ਕਿਉਂਕਿ ਮੇਰੇ ਬਹੁਤ ਸਾਰੇ ਹਿੱਟ ਗੀਤ ਮੇਰੀਆਂ ਫਿਲਮਾਂ ਦੇ ਉਹਨਾਂ ਨੇ ਗਾਏ ਸੀ। ਮੈਂ ਸਮਝਦਾ ਕਿ ਮੇਰੀਆਂ ਫਿਲਮਾਂ ਦੇ ਹਿੱਟ ਹੋਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦੀ ਗਾਇਕੀ ਦਾ। ਅਤੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਬਾਕੀ ਪਰਿਵਾਰ ਨੂੰ ਸਾਰੇ ਸੱਜਣਾਂ ਨੂੰ ਭਾਣਾ ਮੰਨਣ ਦਾ ਮਨ। ਗੁਗੂ ਜੀ ਲਾਸਟ ਜਾਂਦੇ ਜਾਂਦੇ ਕੀ ਜਾਂਦੇ ਜਾਂਦੇ ਉਹਨਾਂ ਦੇ ਪਰਿਵਾਰ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜੇ ਉਹਨਾਂ ਦੇ ਯਾਰ ਸੱਜਣ ਮਿੱਤਰ ਦੋਸਤ ਜੀ? ਉਹਨਾਂ ਦੇ ਪਰਿਵਾਰ ਨੂੰ ਇਹੋ ਕਹਿੰਦੇ ਹਾਂ ਜੀ, ਅਸੀਂ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹਾਂ ਔਰ ਮਾਲਕ ਉਹਨਾਂ ਨੂੰ ਸ਼ਕਤੀ ਦੇਵੇ ਤਾਂ ਕਿ ਉਹ ਐਡਾ ਵੱਡਾ ਜੋ ਘਾਟਾ ਹੋਇਆ ਉਹ ਮੇਰੇ ਖਿਆਲ ਦੇ ਵਿੱਚ ਦੱਸਣਾ ਮੁਸ਼ਕਲ ਹੈ। ਵਾਹਿਗੁਰੂ ਉਹਨਾਂ ਨੂੰ ਸ਼ਕਤੀ ਦੇਣ ਤਾਂ ਕਿ ਉਹ ਇਸ ਪਾਣੀ ਨੂੰ ਮੰਨ ਸਕੇ।